ਜ਼ਖਮੀ ਕਿਸਾਨ ਪ੍ਰਿਤਪਾਲ ਸਿੰਘ ਨਾਲ ਕੀ ਹੋਇਆ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ। ਨਵੀਂ ਜਾਣਕਾਰੀ ਆਈ ਆ ਕਿਸਾਨੀ ਤੋਂ ਨਾਲ ਰਿਲੇਟਿਵ, ਹਰ ਇੱਕ ਅਪਡੇਟ ਇਸ ਪੇਜ 'ਤੇ ਮਿਲਦੀ ਰਹੂਗੀ। ਪੰਜਾਬੀ ਸਟੇਟਸ ਗਰੁੱਪ ਫੋਲੋ ਕਰ ਲਿਓ। ਤੁਹਾਨੂੰ ਮੈਂ ਦੱਸਦਾ, ਉਹ ਮੁੰਡਾ ਲੰਗਰ ਲੈ ਕੇ ਗਿਆ ਸੀਗਾ, ਮਤਲਬ ਉਹ ਡਾਂਗਾ ਸੁੱਟੀ ਚਲਾਉਣ ਵਾਲਿਆਂ ਦੇ ਵਿੱਚ ਨਹੀਂ ਸੀਗਾ, ਉਹ ਸੇਵਾ ਕਰਨ ਵਾਲਾ ਸੀ। ਸੇਵਾ ਕਰਨ ਗਿਆ ਸੀਗਾ, ਜਦੋਂ ਅਥਰੂ ਗੈਸ ਦਾ ਧੂੰਆਂ ਹੋਇਆ, ਉਹਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿੱਧਰ ਨੂੰ ਜਾਣਾਗਾ। ਉਹ ਤਿੰਨ ਜਾਣਿਆਂ ਦੇ ਹੱਥੇ ਚੜਿਆ ਪੁਲਿਸ ਵਾਲਿਆਂ ਦੇ, ਉਹਨੂੰ ਖਿੱਚ ਕੇ ਲੈ ਗਏ। ਉਸ ਤੋਂ ਬਾਅਦ ਉਹਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ, ਲੱਤ ਉਹਦੀ ਪੂਰੀ ਪਲਸਤਰ ਭੰਨ ਦਿੱਤੀ, ਲੱਤ ਉਹਦੀ ਜਿੰਨੇ ਵੀ ਥਾਵਾਂ ਤੋਂ ਕਹਿ ਲਓ ਤੁਸੀਂ ਭੰਨ ਦਿੱਤੀ। ਆਹ ਚੀਜ਼ਾਂ, ਆਹ ਜਿਹੜੀ ਹੱਡੀ ਹੈ ਇਹ ਵੀ ਤੋੜਤੀ, ਨੱਕ ਦੀ ਹੱਡੀ ਇੱਧਰਲੇ ਪਾਸੋਂ ਵੀ ਤੋੜਤੀ, ਦੰਦ ਟੁੱਟੇ ਹੋਏ ਆ ਮੂਹਰਲੇ ਸਾਰੇ। ਜਿਹੜੇ ਉਹਨਾਂ ਕੋਲ ਡਾਂਗਾਂ ਹੁੰਦੀਆਂ ਰੂਲ, ਉਹ ਸਿੱਧੇ ਖੜਮੇ ਉਹਦੇ ਮਾਰੇ ਹੋਏ ਸੀਗੇ। ਰੋਹਤਕ ਹਸਪਤਾਲ ਦੇ ਵਿੱਚੋਂ ਉਹਨੂੰ ਓਨਾ ਟਾਈਮ ਨਹੀਂ ਆਉਣ ਦਿੱਤਾ ਗਾ ਜਿੰਨਾ ਟਾਈਮ ਉਹ ਨਿਸ਼ਾਨ ਨਹੀਂ ਮਿਟੇਗੇ ਮੂੰਹ ਤੋਂ। ਤੁਸੀਂ ਦੇਖੋ ਵੀ ਉਹ ਬਚ ਗਿਆ, ਇੱਕ ਮਰਿਆ ਨਹੀਂ ਉਹ। ਉਹਨੂੰ ਕੋਸ਼ਿਸ਼ ਤਾਂ ਉਹਨਾਂ ਨੇ ਇਹੀ ਕੀਤੀ ਸੀਗੀ, ਜੇ ਕਿਤੇ ਡੈਥ ਹੋ ਜਾਂਦੀ ਤਾਂ ਉਹਦਾ ਖੁਰਦ ਬੁਰਦ ਹੀ ਹੋ ਜਾਣਾ ਸੀ, ਉਹਨੇ ਲੱਭਣਾ ਨਹੀਂ ਸੀਗਾ, ਜਾਨ ਉਹਦੀ ਬਚ ਗਈ। ਮੈਂ ਕਹਿੰਦਾ ਜਿੰਨੇ ਵੀ ਜੁਆਇੰਟ ਹੁੰਦੇ ਆ ਸਰੀਰ ਦੇ ਸਾਰੇ ਉਹਨਾਂ ਨੇ ਭੰਨੇ ਆ, ਇੰਨੀ ਬੁਰੀ ਤਰ੍ਹਾਂ ਦੇ ਨਾਲ ਇੰਨੀ ਨਫ਼ਰਤ ਉਹਨਾਂ ਦੇ ਅੰਦਰ ਪਾਲੀ ਹੋਈ ਆ। ਤੁਸੀਂ ਦੇਖੋ ਉਹ ਇੱਕ ਦੇਸ਼ ਦੇ ਇੱਕ ਉਹ ਉਹਨਾਂ ਨੂੰ ਇੱਕ ਨੌਕਰੀ ਮਿਲੀ ਹੋਈ ਆ, ਠੀਕ ਆ। ਜਿਹੜੇ ਕਹਿ ਰਹੇ ਸੀ ਨਾ, ਆਪਾਂ ਵੀਡੀਓ ਦੇਖੇ ਆ, ਜਿਹੜੇ ਬਿਨਾਂ ਵਰਦੀ ਤੋਂ ਲੋਕ ਵਿੱਚ ਫਿਰਦੇ ਆ, ਜਿਹੜੇ ਕਹਿ RSS ਦੇ ਬੰਦੇ ਆ, ਕੁਛ ਕਹਿ ਰਹੇ ਕਿੱਥੋਂ ਦੇ ਬੰਦੇ ਆ, ਹੈ ਨਾ, ਆਪਾਂ ਨੂੰ ਸ਼ੋਰ ਨਹੀਂ ਹੈਗੀ ਵੀ ਉਹ ਕੌਣ ਆ, ਪਰ ਉਹਨਾਂ ਦੇ ਨਾਂ ਤਾਂ ਕੋਈ ਟੈਗ ਆ ਵੀ ਉਹ ਕੌਣ ਆ, ਠੀਕ ਹੈ, ਨਾ ਉਹਨਾਂ ਦੇ ਵਰਦੀ ਪਾਈ ਆ। ਜਿਹੜੇ ਇਹੋ ਜਿਹੇ ਬੰਦੇ ਵਿੱਚ ਵਾੜੇ ਆ, ਉਹ ਨਫ਼ਰਤ ਪਾਲੀ ਫਿਰਦੇ ਆ, ਪੱਗਾਂ ਦੇ ਵਿਰੁੱਧ, ਦਾੜੀਆਂ ਦੇ ਵਿਰੁੱਧ। ਉਹਨਾਂ ਲੋਕਾਂ ਨੇ ਹੀ ਉਹਨੂੰ ਕੁੱਟਿਆ ਗਿਆ ਥਾਂ ਥਾਂ 'ਤੇ, ਉਹਦੀ ਜਿਹੜੀ ਖੋਪੜੀ ਦੇ ਵਿੱਚ ਕਰੈਕ, ਉਹਦੇ ਸਿਰ ਦੇ ਵਿੱਚ ਵੀ ਟਾਂਕੇ ਲੱਗੇ ਹੋਏ ਆ। PGI ਲਿਆਉਣ ਨੂੰ ਜਿਹੜਾ ਇੰਨਾ ਸਮਾਂ ਲੱਗਿਆ ਹੈਗਾ ਨਾ, ਉਹਦੇ ਵਿੱਚ ਇਹੀ ਕਾਰਨ ਆ ਕਿ ਜਿੰਨਾ ਟਾਈਮ ਜਿਹੜੇ ਮੇਨ ਨਿਸ਼ਾਨ ਜਿਹੜੇ ਸੀਗੇ ਉਹ ਨਹੀਂ ਸੀ ਮਿਟੇ, ਉਹਨਾਂ ਟਾਈਮ ਉਹਨਾਂ ਨੇ ਆਉਣ ਨਹੀਂ ਦਿੱਤਾ ਗਾ, ਕਿਸੇ ਨੂੰ ਵੀ ਮਿਲਣ ਤੱਕ ਨਹੀਂ ਦਿੱਤਾ ਗਾ। ਜਦੋਂ ਜ਼ਿਆਦਾ ਪ੍ਰੈਸ਼ਰ ਵਧਿਆ ਪੰਜਾਬ ਵੱਲੋਂ, ਤਾਂ ਫਿਰ ਉਹਨਾਂ ਨੇ PGI ਸ਼ਿਫਟ ਕੀਤਾ ਗਾ। ਤੁਸੀਂ ਹਿਸਾਬ ਲਾ ਲਓ ਵੀ ਉਹਨੂੰ ਕਿੰਨੀ ਬੁਰੀ ਤਰ੍ਹਾਂ ਕੁੱਟਿਆ, ਜਿਹਦਾ ਕੋਈ ਕਸੂਰ ਹੀ ਨਹੀਂ ਸੀ। ਕਸੂਰ ਤਾਂ ਵੈਸੇ ਕਿਸੇ ਵੀ ਕਿਸਾਨ ਦਾ ਹੈ ਨਹੀਂ ਗਾ। ਜਦੋਂ ਆਪ ਅਗਲੇ ਪੈਣਗੇ ਤਾਂ ਅਗਲਾ ਡਿਫੈਂਸ ਦੇ ਵਿੱਚ ਕੋਈ ਵੀ ਆਪਦਾ ਕਿਸੇ ਦੇ ਵੀ ਕੁਛ ਬਚਦਾ ਗਾ, ਉਹਦਾ ਵੀ ਖੂਨ ਦਾ ਕਤਰਾ ਖੋਲਦਾ ਗਾ, ਤਾਂ ਮੂਹਰਿਓਂ ਉਹ ਲੜਦਾ ਗਾ। ਇਹ ਇਨਸਾਨੀ ਸੁਭਾਅ ਹੈ, ਇਹ ਬਦਲਿਆ ਨਹੀਂ ਜਾ ਸਕਦਾ ਗਾ। ਇਹਦੇ ਵਿੱਚ ਕੋਈ ਕ੍ਰਿਮੀਨਲ ਨਹੀਂ ਬਣ ਜਾਂਦਾ ਜੇ ਉਹ ਕਿਸੇ ਵਰਦੀ ਵਾਲੇ ਦੇ ਨਾਲ ਹੱਥੋਂ ਪਾਈ ਹੋ ਜਾਂਦਾ ਗਾ। ਜਦੋਂ ਕਿਸੇ ਨੂੰ ਕੋਈ ਰੋਬ ਵੀ ਮਾਰੂਗਾ ਨਾ, ਤਾਂ ਵੀ ਕੋਈ ਝੱਲਦਾ ਨਹੀਂ ਹੈਗਾ ਗਾ। ਡੈਮੋਕਰੇਸੀ ਦਾ ਤਾਂ ਇਹਨਾਂ ਨੇ ਜਮੀ ਕੱਪੜੇ ਪਾੜ ਦਿੱਤੇ ਆ। ਤੁਸੀਂ ਦੇਖੋ ਹੁਣ ਉਹ ਮੁੰਡਾ PGI ਦੇ ਵਿੱਚ, ਉਹਨੂੰ ਠੀਕ ਹੋਣ ਨੂੰ ਨਹੀਂ ਵਾਲਾ 8 ਤੋਂ 10 ਮਹੀਨੇ ਸਾਲ ਪ੍ਰੋਪਰ ਲੱਗ ਜਾਣਾ ਗਾ, ਇੰਨੀ ਬੁਰੀ ਤਰ੍ਹਾਂ ਉਹਨੂੰ ਕੁੱਟਿਆ ਗਾ। ਇਹਦਾ ਕਾਰਨ ਪਤਾ ਕੀ ਆ, ਵੀ ਇਹਨਾਂ ਦੇ ਵਿੱਚ ਦਹਿਸ਼ਤ ਫੈਲੇ, ਇਹ ਡਰਨ ਵੀ ਆਹ ਹਾਲ ਕਰਨਗੇ ਜੇ ਕੋਈ ਸਾਡੇ ਹੱਥ ਚੜ ਗਿਆ। ਤੁਹਾਨੂੰ ਲੱਗਦਾ ਵੀ ਇਹ ਵਰਦੀਧਾਰੀ ਕੋਈ ਪੁਲਿਸ ਵਾਲੇ ਨੇ ਕੰਮ ਕੀਤਾ, ਜਾਂ ਜਿਹੜੇ ਬਿਨਾਂ ਵਰਦੀ ਤੋਂ ਬਾਹਰੋਂ ਵਿੱਚ ਬੰਦੇ ਪੜੇ ਹੋਏ ਆ, ਇਹ ਉਹਨਾਂ ਦਾ ਕੰਮ ਆ ਪ੍ਰੋਪਰ। ਹੁਣ ਜਦੋਂ ਉਹ ਪੂਰੀ ਤਰ੍ਹਾਂ ਸਿਹਤਮੰਦ ਹੋਊਗਾ, ਤੁਸੀਂ ਉਹਦੇ ਬਿਆਨ ਸੁਣੋਗੇ ਨਾ, ਜਦੋਂ ਰੂਹ ਕੰਬ ਜਾਊਗੀ ਤੁਹਾਡੀ, ਕਿੰਨੀ ਬੁਰੀ ਤਰ੍ਹਾਂ ਇਹ ਕੀ ਸਲੂਕ ਕੀਤਾ ਉਹਦੇ ਨਾਲ।
ਬਸ ਇਹੀ ਤੁਸੀਂ ਆਥਣ ਸਵੇਰ ਅਰਦਾਸ ਕਰੋ ਵੀ ਉਹਦੀ ਜਾਨ ਬਚ ਜਾਵੇ, ਉਹ ਸਿਹਤਮੰਦ ਹੋ ਕੇ ਜਿਹੜੀਆਂ ਗੱਲਾਂ ਦੱਸੂਗਾ ਨਾ ਤੁਹਾਨੂੰ, ਤੁਹਾਡੇ ਹਿਰ ਦੇ ਕਲੇਜੇ ਪਾਟ ਜਾਣਗੇ ਸੁਣ ਕੇ ਕਿ ਕੀ ਉਹਦੇ ਨਾਲ ਹੋਇਆ। ਦੱਸਣ ਯੋਗ ਜਿਨ੍ਹਾਂ ਨੇ ਕੁਛ ਕੁਛ ਦੇਖਿਆ ਹੈ, ਬੁਰੀ ਤਰ੍ਹਾਂ ਕੁੱਟਮਾਰ ਹੁੰਦੀ, ਆਏ ਉਹਦੇ ਖੜਮੀਆਂ ਉਹਦੇ ਮੂੰਹ ਦੇ ਉੱਤੇ ਡਾਂਗਾ ਮਾਰਦੇ ਸੀਗੇ, ਸਾਰਾ ਕੁਛ ਉਹਦਾ ਭੰਨ ਤੋੜ ਕਰਦੇ ਸੀ, ਬਚਣ ਦੀ ਉਮੀਦ ਨਹੀਂ ਸੀ, ਪਤਾ ਨਹੀਂ ਕਿਵੇਂ ਬਚ ਗਿਆ। ਇਹ ਹਾਲਤ ਕੀਤੀ ਉਹਨਾਂ ਨੇ। ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ, ਪਤਾ ਲੱਗੇ ਹਰ ਇੱਕ ਇਨਸਾਨ ਨੂੰ, ਪਤਾ ਲੱਗੇ ਕਿ ਡੈਮੋਕ੍ਰੇਸੀ ਦੇ ਵਿੱਚ ਜੋ ਤੁਸੀਂ ਹੱਕ ਮੰਗਦੇ ਹਾਂ ਤਾਂ ਬਦਲੇ ਦੇ ਵਿੱਚ ਤੁਹਾਨੂੰ ਕੀ ਮਿਲਦਾ ਗਾ, ਇਹ ਇਸ ਲਈ ਤੁਸੀਂ ਕਰਨੀ ਹੈ। ਠੀਕ ਹੈ ਜੀ, ਆਪਾਂ ਮਿਲਦੇ ਨੈਕਸਟ ਵੀਡੀਓ ਦੇ ਵਿੱਚ। ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ।